ਤੂੰ ਐਟਮ ਕਿੱਥੇ ਹੈ? ਨਾ ਚੌਧਰੀ, ਹੁਣ ਜ਼ਰਾ ਦਿਲ ਥਾਮ ਲੈ ਆਪਣਾ। ਚੌਧਰੀ ਜਿਹੜੀ ਐਟਮ ਆ ਰਹੀ ਹੈ ਨਾ, ਤੂੰ ਪਰੇਸ਼ਾਨ ਹੋ ਜਾਏਗਾ ਚੌਧਰੀ। ਅਸਲਾਮੁ ਅਲੈਕੁਮ। ਹੁਣ ਮਿਸਾਲ ਦੇ ਤੌਰ ਤੇ ਅਸੀਂ ਇਸ ਭਾਈ ਦਾ ਕਰੈਕਟਰ ਪਾ ਰਹੇ ਹਾਂ, ਸਾਫ ਹੀ ਬਣਾ ਰਹੇ। ਹਾਂਜੀ, ਇਸ ਭਾਈ ਨੇ ਸਾਨੂੰ ਟਾਈਮ ਨਹੀਂ ਦੇਣਾ। ਨਹੀਂ, ਇਹ ਬੰਦਾ ਇਹਦਾ ਵੀ ਡੁਪਲੀਕੇਟ ਕਰੇਗਾ, ਲੱਗੇਗਾ ਕਿ ਇਹੀ ਭਾਈ ਬੈਠਾ ਹੈ। ਹਾਂਜੀ, ਇਹ ਇਸ ਟਾਈਮ ਕੀ ਬਣੇ ਹੋਏ ਨੇ ਚੌਧਰੀ? ਇਸ ਟਾਈਮ ਤੋਂ ਫੇਸ ਤੋਂ ਅੰਦਾਜ਼ਾ ਲਾ ਰਹੇ ਕੋਈ ਪਕੌੜਾ ਬੈਠਾ ਹੈ, ਲੇਕਿਨ ਇਸ ਟਾਈਮ ਮੁਬਸ਼ਰ ਲੁਕਮਾਨ ਬੋਲੇਗਾ ਨਾ, ਹਾਂਜੀ, ਤੈਨੂੰ ਲੱਗੇਗਾ ਮੁਬਸ਼ਰ ਲੁਕਮਾਨ ਬੈਠਾ। ਅਸਲਾਮ ਅਲੈਕੁਮ ਨਾਜ਼ਰੀਨ, ਆਪ ਦੇਖ ਰਹੇ ਹੈਂ ਖੁਰਾ ਸੱਚ ਔਰ ਮੈਂ ਹੂੰ ਮੁਬਸ਼ਰ ਲੁਕਮਾਨ। ਕਿਆ ਸੱਚ? ਖੁਰਾ ਸੱਚ, ਖਰਾ ਸੱਚ। ਨਾਜ਼ਰੀਨ, ਇਸ ਵਕਤ ਆਪ ਦੇਖ ਰਹੇ ਹੋਂਗੇ ਮੇਰੇ ਇਰਦ ਗਿਰਦ ਕੁਛ ਲੋਕ ਬੈਠੇ ਹੋਏ ਔਰ ਵਹਾਂ ਪੇ ਉਪਰ ਆਫਤਾਬ ਇਕਬਾਲ ਸਾਹਿਬ ਵੀ ਬੈਠੇ ਹੋ। ਸਬਸੇ ਪਹਿਲੇ ਤੋਂ ਮੈਂ ਆਪਕੋ ਬਤਾਤਾ ਚਲੂੰ ਕਿ ਆਫਤਾਬ ਇਕਬਾਲ ਕੈਸੇ ਐਂਕਰ ਬਨੇ। ਆਜ ਮੈਂ ਯਹਾਂ ਪੇ ਨਾਜ਼ਰੀਨ ਸਭ ਕੇ ਸਾਹਮਣੇ ਬਤਾਤਾ ਚਲੂੰ ਕਿ ਮੈਂ ਵੋ ਰਾਸ ਖੋਲੂੰਗਾ, ਵੋ ਰਾਸ ਖੋਲੂੰਗਾ ਕਿ ਆਪ ਪਰੇਸ਼ਾਨ ਹੋ ਜਾਏਂਗੇ। ਖੋਲੋ ਵੀ ਯਾਰ, ਡਰਾਤੇ ਰਹਿੰਦੇ ਹੋ, ਕਭੀ ਖੋਲਾ ਨਹੀਂ ਆਜ ਤੱਕ। ਕਿਆ ਕਿਆ ਪਤਾ ਹੈ ਜ਼ਰਾ ਬਤਾਏ ਤੁਸੀਂ ਹਮੇ। ਤੁਹਾਡੀ ਫਿਲਮ ਲੱਗ ਕੇ ਉਤਰ ਜਾਣੀ ਹੈ ਨੇ, ਇਹ ਨਹੀਂ ਦੱਸਣਾ। ਅਸਲ ਮੈਂ ਆਪ ਸਭ ਲੋਗੋਂ ਕੋ ਪਤਾ ਹੈ ਕਿ ਜਬ ਵੀ ਮੈਂ ਟੀਵੀ ਪੇ ਬੈਠਤਾ ਹੂੰ, ਯਕੀਨ ਕਰੇ ਤਲਬੀਬ ਮੈਂ ਬੈਠੇ ਯਹੂਦੀ ਸਾਜ਼ਿਸ਼ ਜੋ ਪਾਕਿਸਤਾਨ ਕੇ ਖਿਲਾਫ ਕਰ ਰਹੇ ਹੈਂ, ਵੋ ਵਹਾਂ ਪੇ ਕਾਂਪ ਜਾਤੇ ਹੈਂ। ਉਧਾਰ ਮੰਗਣ ਤੋਂ ਪਹਿਲੇ ਇਹੋ ਜਿਹਾ ਮੂੰਹ ਬਣਦਾ ਪੈਨ। ਉਹ ਹਰ ਬੰਦੇ ਦੀ ਡਬਿੰਗ ਕਰੇਗਾ ਭਾਈ, ਹਰ ਬੰਦੇ ਦੀ। ਯਾਰ ਉਹ ਕਰਕੇ ਸੁਣਾ ਨਾ ਚੌਧਰੀ ਨੂੰ, ਉਹ ਜਿਹੜਾ ਯਾਰ ਉਹ ਬੜਾ ਬੋਲਦਾ ਨੀ, ਵਕੀਲ ਜਿਹੜਾ ਇਸਲਾਮਾਬਾਦ ਵਾਲਾ। ਮੈਂ ਇਹ ਸਮਝਤਾ ਹੂੰ ਕਿ ਯਹਾਂ ਪੇ ਆਪ ਲੋਗੋਂ ਨੇ ਫਿਲਮੋਂ ਕੀ ਬਾਤੇਂ ਸ਼ੁਰੂ ਕੀ ਹੋਈ ਹੈ। ਮੁਲਕ ਕਿਸ ਕਿਸ ਤਰ੍ਹਾਂ ਜਾ ਰਹਾ ਹੈ? ਮੁਲਕ ਆਪਕਾ, ਆਪਕੋ ਮੁਲਕ ਮੁਲਕ ਕੀ ਬਾਤ ਕਰਨੀ ਚਾਹੀਏ। ਇਹ ਮੇਰੇ ਖਿਆਲ ਬਹੁਤ ਹੋਣ ਲੱਗੇ। ਚੌਧਰੀ ਦੇਖ ਰਿਹਾ? ਹਾਂਜੀ। ਉਧਰ ਹੋ ਨਜ਼ਮ ਸੇਠੀ ਸੁਣਾਣਾ ਤੇ ਡਰੈਗ ਨਹੀਂ ਕਰਨਾ, ਤੂੰ ਡਰੈਗ ਬਹੁਤ ਕਰ ਰਿਹਾ। ਇਹ ਤੋ ਆਪਨੇ ਕਰਾ ਦੀ ਹੈ ਗੁਗਲੀ। ਬਈ ਵਾਹ, ਉਹ ਯਹਾਂ ਪੇ ਗੁਗਲੀ ਕੀ ਜ਼ਰੂਰਤ ਨਹੀਂ ਥੀ, ਮੈਂ ਤੋ ਯਕੀਨ ਕਰੇ ਅਬ ਤੋ ਵੋ ਉਮਰ ਹੋ ਗਈ ਹੈ ਕਿ ਮੈਂ ਤੋ ਸਟ੍ਰੇਟ ਬਾਲ ਵੀ ਨਹੀਂ ਖੇਲ ਸਕਤਾ। ਔਰ ਸੁਣਾਓ, ਕੀ ਹਾਲ ਹੈ? ਦੇਖ ਰਹੇ ਚੌਧਰੀ ਟੈਲੈਂਟ ਸੋਹਣਾ, ਇਧਰ ਮੈਂ ਹੋਰ ਦਿਖਾਵਾਂ। ਕਮਰਨ ਖਾਨ, ਕਮਰਨ ਖਾਨ। ਅਸਲਾਮ ਅਲੈਕੁਮ, ਬੇਹੂ ਡੋਬਾ ਦੇ ਖਾਨ। ਜੀ ਹਾਂ, ਇਸ ਵਕਤ ਆਪ ਦੇਖ ਰਹੇ ਆਪਣੀ ਟੈਲੀਵਿਜ਼ਨ ਸਕਰੀਨਸ ਪੇ ਸਬਸੇ ਜ਼ਿਆਦਾ ਪੈਸੇ ਚਾਰਜ ਕਰਨੇ ਵਾਲਾ ਸਹਾਫੀ। ਜੀ ਹਾਂ, ਮਜ਼ੀਦ ਤਫਸੀਲਾਤ ਕੇ ਲੀਏ ਇਸ ਵਕਤ ਹਮਨੇ ਰਾਬਤਾ ਕੀਆ ਹੈ ਹਮਾਰੇ ਰਿਪੋਰਟਰ ਸੈਯਦ ਆਰਫੀਦ ਸੇ। ਜੀ ਸੈਯਦ ਆਰਫੀਦ, ਕੈਸੇ ਹੈ? ਭਈ ਇਸ ਫਿਲਮ ਮੇਂ ਔਰਤ ਕੋਈ ਨਹੀਂ। ਓਏ ਹੈ ਕਿਉਂ? ਸ਼੍ਰੀ ਮਜ਼ਾਰੀ, ਸ਼੍ਰੀ ਮਜ਼ਾਰੀ। ਦੇਖੀ ਮੈਂ ਆਪਸੇ ਕੁਛ ਬਾਤੇਂ ਆਪੇ ਕਰਨਾ ਚਾਹਤੀ ਹੂੰ। ਸਵਾਲ ਯਾ ਪੀ ਯੇ ਪੈਦਾ ਹੋਤਾ ਹੈ, ਕਿਤਨੇ ਸਾਰੇ ਲੋਗ ਆਪਨੇ ਕਿਉਂ ਬਿਠਾਏ ਹੋਏ ਹੈ? ਔਰ ਯੇ ਚੋਈ ਸਾਹਿਬ, ਆਪ ਕੌਨ ਸੀ ਫਿਲਮ ਬਣਾ ਰਹੀ ਹੈ, ਮੁਝੇ ਬਤਾਏ। ਕਮਾਲ ਵਾਲੀ ਗੱਲ ਹੈ, ਤੁਹਾਨੂੰ ਇੰਨਾ ਸ਼ਾਇਨ ਹੋ ਗਿਆ ਵੇ, ਔਰ ਤੈਨੂੰ ਆਪਣਾ ਖਿਆਲ ਨਹੀਂ, ਨਾ ਤੁਹਾਨੂੰ ਕਹਿ ਰਿਹਾ। ਮਾਸ਼ਾਅੱਲਾ। ਓ ਯਾ ਝਾੜੂ ਜਾ ਜ਼ਰਾ ਬਾਬੇ ਦੇ ਮੂੰਹ ਤੇ ਵੀ ਫੇਰ। ਇਹ ਬਤਾਓ, ਕੌਸਲੀ ਬਾਜੀ ਕੋ ਐਸ਼ਵਰੀਆ ਰਾਏ ਬਣਾ ਸਕਦੇ ਹੋ? ਐਸ ਕੁੜੀ ਦਾ ਮੈਂ ਮੇਕਅਪ ਕਰਾਂ ਨਾ, ਪਰਵੇਜ਼ ਖੱਟਕ ਬਣ ਸਕਦਾ। ਆਪਕੇ ਨੇ ਪਫ ਕਰਵਾਤੀ, ਕਿਆ ਬਾਤ ਹੈ? ਮੈਂ ਨਹੀਂ ਕਰਵਾਤਾ, ਤੁਮ ਸਰ ਹੀ ਕਰਵਾਨਾ। ਮੈਂ ਆਪ ਕਹਾਂ ਸੇ ਮੇਕਅਪ ਕਰਵਾਤੇ? ਹਮਾਰਾ ਇਨ ਹਾਊਸ ਬਹੁਤ ਬੜਾ ਸੈਟਅਪ ਹੈ। ਉਹ ਤਾਂ ਠੀਕ ਹੈ, ਲੇਕਿਨ ਹਮੇ ਵੀ ਟਰਾਈ ਕਰੇ, ਕਿਆ ਹੋ ਗਿਆ? ਨਵੀਦ ਕਰਤਾ ਹਮਾਰਾ, ਨਵੀਦ। ਨਵੀਦ ਉਹ ਜਿਹੜਾ ਚੂਹਾ ਠੀਕ ਕਰਾ ਹੁੰਦਾ। ਸ਼ੇਰ-ਏ-ਰਹਿਮਾਨ ਜੋ ਹੈ ਵੋ ਤੋ ਖੁਦ ਘਰ ਸੇ ਮੇਕਅਪ ਕਰਕੇ ਆਤੀ ਹੈ, ਵੋ ਤੋ ਉਸਕੇ ਪਾਸ ਇਤਨਾ ਮੇਕਅਪ ਕਾ ਸਮਾਨ ਹੈ, ਇਤਨਾ ਸਮਾਨ ਹੈ। ਇਸ ਪੂਰੀ ਕਲੈਕਸ਼ਨ ਮੇਂ ਜੋ ਬੈਸਟ ਥਾ ਵੋ ਜ਼ਫਰ ਅਲੀ ਸ਼ਾਹ। ਨਹੀਂ 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 ਨਹੀਂ, ਆਪਨੇ ਇਹ ਗਲਤ ਬਾਤ ਕੀ ਆਪਨੇ। ਅੱਛਾ, ਆਪਕੋ ਖੁਸਰੇ ਕੀ ਆਵਾਜ਼ ਨਿਕਾਲ ਸਕਤੇ ਬਾਬਾ ਜੀ? ਤੁਹਾਡਾ ਪਾਫ ਕਰਨਾ ਤੁਸੀਂ ਬਾਂਦਰੀ ਬਣ।